ਸਤਿ ਸ਼੍ਰੀ ਅਕਾਲ ਫਰੈਂਡਸ, ਤੁਹਾਡਾ ਸਾਰਿਆਂ ਦਾ ਸਾਡੇ ਅੱਜ ਦੇ ਵਲੌਗ ਦੇ ਵਿੱਚ ਸਵਾਗਤ ਹੈ। ਅਤੇ ਤੁਹਾਡਾ ਕੀ ਹਾਲ ਚਾਲ? ਅਤੇ ਅੱਜ ਤੂੰ ਪਤਾ ਵੀ ਪਤਾ ਕੀ ਸਿਸਟਮ ਹੈ, ਕਦੀ ਧੁੱਪ ਆਇਆ ਕਰਦੀ ਹੈ, ਕਦੀ ਜਾਇਆ ਕਰਦੀ ਹੈ। ਹੁਣ ਬੱਦਲ ਹੋ ਗਿਆ ਅਤੇ ਥੋੜ੍ਹੀ ਦੇਰ ਪਹਿਲਾਂ ਧੁੱਪ ਸੀ, ਅਤੇ ਮੈਂ ਵੀ ਅੱਜ ਸਾਰਾ ਕੰਮ ਨਿਬੇੜਤਾ ਅਤੇ ਨਹਾ ਧੋ ਕੇ ਮੈਂ ਤਿਆਰ ਹੋ ਗਈ ਹਾਂ। ਅਤੇ ਠੰਡ ਬੜੀ ਲੱਗਿਆ ਕਰਦੀ ਹੈ, ਅਤੇ ਮੰਮੀ ਸਾਡੇ ਚਾਹ ਬਣਾਇਆ ਕਰਦੇ ਆ, ਅਤੇ ਤੁਸੀਂ ਕਹਿੰਦੇ ਹੋ ਨਾ ਕਿ ਤੁਸੀਂ ਚਾਹ ਬੜੀ ਪੀਂਦੇ ਹੋ, ਅਤੇ ਮੈਂ ਇੱਕ ਟਾਈਮ ਚਾਹ ਪੀਂਦੀ ਹਾਂ ਸ਼ਾਮ ਦੇ, ਹੈ ਨਾ। ਅਤੇ ਸਾਡੀ ਮੰਮੀ ਦੋ ਟਾਈਮ ਪੀਂਦੇ ਆ, ਅਸੀਂ ਜ਼ਿਆਦਾ ਚਾਹ ਨਹੀਂ ਪੀਂਦੇ, ਪਰ ਅਸੀਂ ਸ਼ੌਕੀਨ ਹੈਗੇ ਹਾਂ ਚਾਹ ਪੀਣ ਦੇ। ਜੇ ਸਾਡਾ ਵਾਸ ਚੱਲੇ ਅਸੀਂ 5-6 ਵਾਰ ਪੀ ਲਈਏ, ਪਰ ਅਸੀਂ ਪੀਂਦੇ ਨਹੀਂ ਹੈਗੇ, ਹੈ ਨਾ ਵੀ। ਅਤੇ ਇੱਥੇ ਮੈਂ ਪਹਿਲਾਂ ਚਿੱਲੇ ਵਗੈਰਾ ਬਣਾ ਗਈ ਸੀ, ਮੈਂ ਕਿਹਾ ਸੀ ਕਿ ਨਹਾ ਕੇ ਆਵਾਂਗੀ ਅਤੇ ਖਾਵਾਂ ਪੀਆਂਗੀ, ਅਤੇ ਨਾਲ ਦਹੀਂ ਦੁਹੀ ਮੈਂ ਆਪਣਾ ਤਿਆਰ ਕੀਤਾ ਸੀ, ਪਰ ਮੈਨੂੰ ਨਹੀਂ ਪਤਾ ਸੀ ਕਿ ਬਦਲ ਹੀ ਹੋਏ ਨੇ ਆ, ਤਾਂ ਹੁਣ ਖਾ ਪੀ ਲਾਂਗੇ, ਹੈ ਨਾ ਵੀ। ਵਗੈਰਾ ਥੋੜ੍ਹੀ ਹੈ ਬਹੁਤ, ਅਤੇ ਹਵਾ ਬੜੀ ਹੈ, ਠੰਡੀ ਠੰਡੀ ਚੱਲੇ ਕਰਦੀ ਆ ਨਾ। ਮੈਂ ਸੋਚਿਆ ਸੀ ਧੁੱਪ ਬੈਠਾਂਗੀ ਮੈਂ ਇਹਦੇ ਨਾਲ, ਨੂੰ ਧੁੱਪ ਕਿੱਥੋਂ ਲਿਆਈਏ, ਧੁੱਪ ਮਤਲਬ ਕਿ ਜ਼ਿਆਦਾ ਜ਼ਿਆਦਾ, ਪਰ ਹਵਾ ਚੱਲੇ ਕਰਦੀ ਤਾਂ ਮਹਿਸੂਸ ਵੀ ਨਹੀਂ ਹੋਇਆ ਕਰਦੀ, ਪਰ ਜਦੋਂ ਮੈਂ ਗਈ ਸੀ ਉਦੋਂ ਬੜੀ ਤੇਜ਼ ਸੀ ਨਾ, ਠੰਡ ਹੁੰਦੀ ਪਈ ਆ, ਠੰਡ ਹੋ ਗਈ ਹੁਣ। ਮੈਂ ਤੇ ਮੰਮੀ ਆਏ ਸੀ ਬਾਜ਼ਾਰ ਕਿਸੇ ਜ਼ਰੂਰੀ ਕੰਮ 'ਚੋਂ, ਕੰਮ ਕੁੰਮ ਅਸੀਂ ਕਰ ਲਿਆ, ਅਤੇ ਇੱਕ ਦੋ ਚੀਜ਼ਾਂ ਲੈਣੀਆਂ, ਹੁਣ ਉਹ ਲੈਣ ਚੱਲੇ ਹਾਂ। ਫੋਨ ਹੀ ਲੈਣੀ ਸੀ, ਉਹ ਸਾਨੂੰ ਮਿਲੀ ਨਹੀਂ ਅੱਜ, ਪਤਾ ਨਹੀਂ ਹੁਣ ਉੱਥੇ ਜਾਣਾ ਪੈਣਾ ਅੰਦਰਲੇ ਬਾਜ਼ਾਰ 'ਚ ਨਾ, ਉੱਥੇ ਦੁਕਾਨ 'ਚ ਦੇਖਦੇ ਹਾਂ ਸਮਾਨ ਸਮੂਨ ਲਈਏ, ਇੱਥੇ ਸ਼ੋਰ ਹੀ ਬੜਾ, ਤਾਂ ਕਰਕੇ ਮੰਮੀ ਕਦੋਂ ਤਾਂ ਕਹਿੰਦੇ ਸੀ ਬਣਾ ਲਾ ਥੋੜ੍ਹੀ ਜਿਹੀ ਵੀਡੀਓ, ਮੈਂ ਕਿਹਾ ਰੋਲਾ ਹੀ ਬੜਾ, ਇੱਥੇ ਫਾਇਦਾ ਨਹੀਂ ਬਣਾਉਣ ਦਾ, ਬਹੁਤ ਸ਼ੋਰ ਹੈ, ਤਾਂ ਕਰਕੇ। ਅਸੀਂ ਹੁਣ ਆ ਗਿਆ ਘਰ, ਅਤੇ ਮੇਰੀ ਅੱਖ ਦੇ ਵਿੱਚ ਕੁਛ ਪੈ ਗਿਆ ਸੀ, ਅਤੇ ਮੇਰੀ ਅੱਖਾਂ ਹੋ ਗਈਆਂ ਲਾਲ, ਬਿਲਕੁਲ ਮੈਨੂੰ ਲੱਭੇ ਨਹੀਂ ਕਰਦਾ ਕੁਛ, ਰਸਤੇ ਦੇ ਵਿੱਚ ਵੀ ਨਾ ਮੇਰੀ ਅੱਖਾਂ 'ਚ ਕੁਛ ਪੈ ਗਿਆ, ਅਤੇ ਪਾਣੀ ਨਿਕਲੀ ਜੀ ਅੱਖਾਂ 'ਚ, ਉਹਦੇ ਵਿੱਚ ਮੈਂ ਇੱਕ ਸਾਈਡ 'ਤੇ ਖੜੀ ਹੋ ਕੇ ਅੱਖਾਂ ਹੀ ਸਾਫ ਕਰੀ ਜਾ। ਮੰਮੀ ਕਹਿੰਦੇ ਹੁਣ ਘਰ ਚੱਲੀਏ, ਮੈਂ ਕਿਹਾ ਮੰਮੀ ਮੇਰੇ ਕੋਲ ਮੈਨੂੰ ਕੁਝ ਦਿੱਖੇ ਨਹੀਂ ਕਰਦਾ, ਅਤੇ ਤਾਂ ਕਰਕੇ ਹੁਣ ਸਾਡੀ ਮੰਮੀ ਜੀ ਰੋਟੀ ਬਣਾਇਆ ਕਰਦੇ, ਅੱਜ ਮੰਮੀ ਦੀ ਡਿਊਟੀ ਲੱਗ ਗਈ ਰੋਟੀ ਬਣਾਉਣ ਦੀ। ਹਾਂਜੀ, ਮੈਂ ਕਿਹਾ ਬਣਾ ਲਾ ਹੁਣ ਟਾਈਮ ਨਾਲ, ਕਾਫੀ ਟਾਈਮ ਹੋ ਗਿਆ, ਮਹਿਸੂਸ ਹੋਇਆ ਕਿ 4 ਵਜ ਗਏ ਆ। ਹਾਂ 4 ਵਜ ਗਏ, ਅਸੀਂ ਥੋੜਾ ਜਿਹਾ ਸਮਾਨ ਲੈਣਾ ਸੀ ਜ਼ਰੂਰੀ ਸੀ, ਤੇ ਉਹ ਲੈਣ ਗਏ ਸੀ, ਤਾਂ ਕਰਕੇ 4 ਵਜ ਗਏ, 4 ਵਜ ਗਏ। ਮੇਰੀ ਅੱਖਾਂ ਹੈਗੀ ਲਾਲ ਮੰਮੀ, ਹਾਂ ਹੈਗੀ ਆ ਲਾਲ, ਪਹਿਲਾਂ ਇਹਦੇ 'ਚ ਪਿਆ, ਫਿਰ ਇਹਦੇ 'ਚ ਪੈ ਗਿਆ, ਪਤਾ ਨਹੀਂ ਡਸਟ ਬੜੀ ਸੀ, ਹੈ ਨਾ, ਮਿੱਟੀ ਬੜੀ ਸੀ ਬਾਜ਼ਾਰ। ਬਣ ਗਈ ਆ ਸਬਜ਼ੀ, ਬਣ ਗਈ ਆ ਸਾਡੀ, ਅਸੀਂ ਆਲੂ ਮੇਥੀ ਬਣਾਈ ਆ, ਆਲੂ ਮੇਥੀ ਬਣਾ ਲਈ ਅੱਜ, ਹੋਰ ਕੀ, ਨਾਲ ਫੁਲਕੇ। ਮੈਂ ਕਿਹਾ ਪਾਪੜ ਭੁੰਨ ਲਿਆ, ਓ ਹੁਣ ਤੇ ਵਧੀਆ, ਕਿੰਨੇ ਛੇਰ ਦਾ ਇਸਮੇ, ਜਿੱਦੇ ਤੱਕ ਉੱਤੇ ਟੁੱਟੇ ਭੱਜੇ ਦਾ, ਤਾਂ ਵੀ ਅਸੀਂ ਬਣਾ ਲਾਂਗੇ, ਕੋਈ ਗੱਲ ਨਹੀਂ। ਪਾਪੜ ਅਸੀਂ ਭੁੰਨਤਾ, ਦੇਖੋ ਅਸੀਂ ਟਮਾਟਰ ਖਾਣਾ, ਇੱਕ ਹੀ ਟਮਾਟਰ ਮਿਲਿਆ, ਨਹੀਂ ਤਾਂ ਸਾਡੇ ਘਰ ਟਮਾਟਰ ਫੁੱਲਦੇ ਹੁੰਦੇ ਆ, ਤਾਂ ਵੀ ਜਿੰਨਾ ਮਿਲਣ ਵਾਲਾ ਸ਼ੁਕਰੀਆ ਕਰਨਾ ਚਾਹੀਦਾ, ਬੰਦੇ ਨੂੰ ਖੁਸ਼ ਹੋਣਾ ਚਾਹੀਦਾ, ਬਾਜ਼ਾਰੋਂ ਆ ਕੇ ਤੇ ਰੋਟੀ ਖਾ ਕੇ ਕੱਪੜੇ ਵਗੈਰਾ ਚੇਂਜ ਕਰਕੇ ਮੈਂ ਸੋ ਗਈ ਸੀ, ਤੇ ਹੁਣ ਮੈਂ ਉੱਠੀ ਆ, ਤੇ ਉੱਠੀ ਆ ਅਜੇ, ਤੇ ਮੰਮੀ ਮੈਨੂੰ ਕਹਿੰਦੇ ਐ ਵਾਲਾ ਸੂਟ ਲਾ ਕੇ ਦੇ, ਉਹ ਵਾਲਾ ਸੂਟ ਲਾ ਕੇ ਦੇ, ਤੇ ਮੈਨੂੰ ਪਰੇਸ਼ਾਨ ਹੀ ਕਰਤਾ, ਸੂਟ ਹੀ ਲਵਾਈ ਜੇ ਕਰਦੇ ਸੀ, ਤੇ ਹੁਣ ਆ ਗਿਆ ਸੂਟ ਲੈ ਕੇ। ਸਤਪ੍ਰੀਤ ਦੇਖੋ, ਸਾਰੇ ਲੱਭ ਕੇ ਲਿਆਈ ਆ, ਮੈਂ ਇੱਕ ਲੱਭ ਕੇ ਦਿੱਤਾ ਸੀ, ਮੈਂ ਮੇਰੇ ਕੋਲ ਲੱਭਣ ਹੁੰਦੇ ਐਵੇਂ। ਚੱਲ ਆ ਤੈਨੂੰ ਦੱਸਾਂ ਹੁਣ, ਮੈਂ ਨਹੀਂ ਪਾਣੇ ਪੁਣੇ ਪਤਾ ਨਹੀਂ ਕਿੱਥੋਂ ਝੋਲਾ ਵੀ ਕੱਢ ਲਿਆ ਆ, ਝੋਲਾ 1947 ਦਾ, 1947 ਦਾ ਮੰਮੀ ਝੋਲਾ ਲੱਭ ਲਿਆ ਆ, ਤੇ ਇੰਨੇ ਵਧੀਆ ਕੱਪੜੇ ਆ, ਮੈਂ ਨਹੀਂ ਸਵਾਣਾ, ਮੈਨੂੰ ਪਤਾ। ਆ ਦੇਖੋ ਜੀ, ਇੰਨਾ ਸੋਹਣਾ ਸਰਦੀਆਂ ਦਾ ਸੂਟ ਆ, ਇੰਨੀ ਸੋਹਣੀ ਸਟੋਲ ਵੀ ਆ ਨਾਲ, ਸਟੋਲ ਦਿਖਾਓ, ਸਵਾਂਦੀ ਨਹੀਂ, ਹੋਰ ਕੀ ਦਿਖਾਈਏ, ਪੂਰਾ ਸੂਟ ਆ ਸਰਦੀਆਂ ਦਾ, ਇੰਨਾ ਵਧੀਆ, ਤੈਨੂੰ ਠੰਡ ਵੀ ਨਹੀਂ ਲੱਗਣੀ ਜਰਾ, ਮੇਰੇ ਵੀਅਰਸ ਨੂੰ ਕਿੱਦਾਂ ਦਾ ਲੱਗੇਗਾ ਦੇਖਦੇ ਆ, ਇੰਨਾ ਸੋਹਣਾ ਸੂਟ ਆ, ਇਹ ਤੇ ਸਵਾਲ ਆ ਮੰਮੀ, ਨਹੀਂ ਥੱਲੇ ਕਢਾਈ ਹੈਗੀ ਆ ਤੇ ਪਿੱਛੇ ਬਸ ਬਿੰਦੀਆਂ, ਆਹੋ ਕਢਾਈ ਹੁੰਦੀ ਆ, ਆਹੋ ਸਟੋਲ ਕਿੰਨੀ ਸੋਹਣੀ ਆ, ਮੈਂ ਨਹੀਂ, ਤੁਸੀਂ ਸਵਾਲ ਵਾ ਵਾਲਾ, ਮੈਂ ਨਹੀਂ ਸਵਾਣਾ, ਵੈਸੇ ਬਲੂ ਕਲਰ ਮੇਰੇ ਤੇ ਸੋਹਣਾ ਲੱਗਦਾ ਨਾ, ਹਾਂ, ਪਰ ਇਹ ਆਂਟੀਆਂ ਵਾਲਾ ਸੂਟ ਆ। ਅੱਛਾ, ਹਾਂ ਮੈਂ ਨਹੀਂ ਲੈਣਾ ਆ ਵਾਲਾ, ਠੀਕ ਹੈ, ਮੈਂ ਕੀ ਗੁੱਦੜ ਮਾਲ ਹੋ ਗਿਆ, ਇਹ ਵਾਲਾ ਸੂਟ ਦੇਖਾ ਕਿੱਥੇ ਚਲਾ ਗਿਆ, ਇਸ ਤਰ੍ਹਾਂ ਐ ਸੋਹਣਾ ਲੱਗਦਾ, ਸੋਹਣਾ ਪਿਆ, ਸੋਹਣਾ ਲੱਗਦਾ ਪਿਆ, ਨਹੀਂ ਲੈਣੀ ਆ, ਹੁਣ ਗਰਮੀਆਂ ਆ ਜਾਣੀਆਂ, ਹੁਣ ਸਰਦੀਆਂ ਦਾ ਕੀ ਫਾਇਦਾ ਸਮਾਨ ਦੇ,
चले तो कर दी है ओदी है उदा पर मिल जाती है पूरी देखा मैंने किद्दा नहीं लगे ते मैंने तुसी दसो मैं केड़ा सूट सवावा मैं सारे को सलाह मांग कमेंट करके ऐ वाला किद्दा ना लगे करदा है ना किद्दा करांगी मैं किद्दा आहो स्टोल है ना हां जी ये तो सोना ना गर्मियां दा आ गया ला जुगाड़ी पंजीरी बने करदी है जुगाड़ नाल शाम दी टी नाल चाह पी लिए ते चाह मैं एक बार पींदी आ ठीक है शामी ते मम्मी दो टाइम पींदे आ दूजी बार दस्से करदी आ ऐ नहीं कहना चाह ज्यादा पींदे आ शामी ते सारे पींदे आ ते हुण अहीं चाह वगैरा पी लई आ ते तुहानूं अहीं नैक्सट ब्लॉग च मिलांगे ते दस्सिओ तुहानूं साडे अज दा ब्लॉग किद्दां लग्गिआ ते सारयां नूं सति श्री अकाल।